ਹਾਂਜੀ ਸਤਿ ਸ਼੍ਰੀ ਅਕਾਲ ਜੀ, ਉਮੀਦ ਕਰਦੀ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤਾਂ ਮੈਂ ਅੱਜ ਆਈ ਸੀ ਆਪਦੇ ਖੇਤਾਂ ਨੂੰ ਦੇਖਣ, ਖੇਤੀਬਾੜੀ ਦੇਖਣ, ਕਿਉਂਕਿ ਮੈਂ ਵੀ ਇੱਕ ਕਿਸਾਨ ਦੀ ਧੀ ਹਾਂ ਅਤੇ ਆਪਾਂ ਨੂੰ ਕਿਸਾਨ ਹੋਣ ਦੇ ਨਾਤੇ ਸਾਰੇ ਜਣਿਆਂ ਨੂੰ ਆਪਦੇ ਖੇਤ ਆਉਣਾ ਚਾਹੀਦਾ, ਖੇਤ ਗੇੜਾ ਮਾਰਨਾ ਚਾਹੀਦਾ। ਅਤੇ ਇੱਥੇ ਆਪਾਂ ਰੁੱਖ ਵੀ ਲਗਾਵਾਂਗੇ, ਮੋਟਰ ਦੇ ਉੱਤੇ ਵੀ ਰੁੱਖ ਲਗਾਵਾਂਗੇ। ਅੱਜ ਮੈਂ ਖੇਤ ਲਗਾਉਣ ਆਈ ਹਾਂ, ਬੂਟੇ ਰੁੱਖ ਲਗਾਉਣ ਆਈ ਹਾਂ, ਅਤੇ ਮੇਰੇ ਨਾਲ ਆਏ ਨੇ ਮੇਰੇ ਹਸਬੈਂਡ ਜੋ ਕਿ ਮੇਰੀ ਪਲਾਂਟ ਲਗਾਉਣ ਵਿੱਚ ਮਦਦ ਕਰ ਰਹੇ ਨੇ। ਪਹਿਲਾਂ ਆਪਾਂ ਟੋਆ ਪੱਟਿਆ ਅਤੇ ਫਿਰ ਉਹਦੇ ਵਿੱਚ ਲਗਾ ਲਿਆ ਆਪਾਂ ਤੂਤ ਦਾ ਬੂਟਾ, ਅਤੇ ਹੁਣ ਪਾਵਾਂਗੇ ਆਪਾਂ ਇਹਨੂੰ ਪਾਣੀ, ਅਤੇ ਹੌਲੀ ਹੌਲੀ ਇਹ ਵੱਡਾ ਹੋ ਜੂਗਾ, ਇਹਦੀਆਂ ਜੜ੍ਹਾਂ ਚੱਲ ਪੈਣਗੀਆਂ। ਆਪਾਂ ਇਹਨੂੰ ਆਪਦੇ ਘਰੋਂ ਲਿਆਏ ਸੀ, ਘਰੇ ਹੀ ਆਪਣੇ ਲੱਗ ਗਿਆ ਸੀ ਇਹ, ਅਤੇ ਹੁਣ ਆਪਾਂ ਖੇਤ ਲਾਉਣ ਆਏ ਹਾਂ ਇਹਨੂੰ। ਮੈਨੂੰ ਤਾਂ ਖੇਤ ਵਿੱਚ ਆ ਕੇ ਬਹੁਤ ਚੰਗਾ ਲੱਗਿਆ, ਪਿੱਛੇ ਮੋਟਰਾਂ ਲੱਗੀਆਂ। ਹਸਬੈਂਡ ਮੇਰੇ ਹਮੇਸ਼ਾ ਹੀ ਦੱਸਦੇ ਰਹਿੰਦੇ ਨੇ ਕਿ ਮੋਟਰਾਂ ਚੱਲਦੀਆਂ ਰਹਿੰਦੀਆਂ, ਇੱਥੇ ਛੋਟੇ ਛੋਟੇ ਬੱਚੇ ਇਹ ਪਾਣੀ ਵਾਲੀ ਡਿੱਗੀ ਵਿੱਚ ਨਹਾਉਣ ਆਉਂਦੇ ਨੇ, ਕਹਿੰਦੇ ਬਹੁਤ ਚੰਗਾ ਲੱਗਦਾ। ਅਤੇ ਮੈਨੂੰ ਵੀ ਉਹਨਾਂ ਦੀਆਂ ਇਹ ਗੱਲਾਂ ਸੁਣ ਕੇ ਬਹੁਤ ਸਕੂਨ ਮਿਲਦਾ, ਅਤੇ ਮੈਨੂੰ ਖੇਤ ਵਿੱਚ ਆ ਕੇ ਬਹੁਤ ਚਾਅ ਚੜ੍ਹਿਆ, ਬਹੁਤ ਚੰਗਾ ਲੱਗਿਆ। ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਵੀ ਸਾਰਿਆਂ ਨੂੰ ਖੇਤ ਆਪਦੇ ਖੇਤਾਂ ਵਿੱਚ ਗੇੜਾ ਮਾਰਨ ਜ਼ਰੂਰ ਜਾਣਾ ਚਾਹੀਦਾ। ਦੱਸਿਓ ਕਮੈਂਟ ਕਰਕੇ ਕੌਣ ਕੌਣ ਜਾਂਦਾ ਖੇਤਾਂ ਵਿੱਚ ਆ ਕੇ, ਤਾਂ ਬਹੁਤ ਜੀ ਲੱਗਦਾ, ਸਕੂਨ ਹੈ ਇਸ ਜ਼ਿੰਦਗੀ ਵਿੱਚ, ਹਰਿਆਲੀ ਹੀ ਹਰਿਆਲੀ ਹੈ। ਸ਼ਹਿਰ ਦੀ ਭੱਜ ਦੌੜ ਦੀ ਜ਼ਿੰਦਗੀ ਤੋਂ ਇੱਕ ਪਾਸੇ ਖੇਤ ਵਿੱਚ ਆ ਕੇ ਬਹੁਤ ਸਕੂਨ ਮਿਲਦਾ। ਮੈਂ ਵੀ ਇੱਕ ਕਿਸਾਨ ਦੀ ਧੀ ਹਾਂ, ਤਾਂ ਮੈਨੂੰ ਖੇਤ ਵਿੱਚ ਆਉਣਾ ਬਹੁਤ ਚੰਗਾ ਲੱਗਦਾ। ਜਦੋਂ ਵੀ ਟਾਈਮ ਲੱਗਦਾ ਮੈਂ ਖੇਤ ਵਿੱਚ ਗੇੜਾ ਮਾਰਨ ਜ਼ਰੂਰ ਆਉਣੀ ਹਾਂ ਆਪਦੇ ਹਸਬੈਂਡ ਨਾਲ, ਉਹ ਮੈਨੂੰ ਜ਼ਰੂਰ ਲੈ ਕੇ ਆਉਂਦੇ ਨੇ। ਮੈਂ ਤਾਂ ਛੋਟੇ ਹੁੰਦਿਆਂ ਤੋਂ ਹੀ ਖੇਤ ਆਉਣਾ ਆਪਦੇ ਪਾਪਾ ਹੋਰਿਆਂ ਨਾਲ, ਸਾਰਿਆਂ ਨਾਲ। ਮੈਂ ਛੋਟੇ ਹੁੰਦੇ ਸੁਣਨਾ, ਜਦੋਂ ਨਰਮਾ ਜਾਂ ਕਪਾਹ ਚੁਗਣ ਲੱਗਦੇ ਤਾਂ ਮੈਂ ਸੁਣਨਾ ਪਹਿਲਾਂ ਉੱਥੇ ਗੁਲਗਲੇ ਬਣਾਵਾਂਗੇ, ਅਤੇ ਫਿਰ ਨਰਮਾ ਜਾਂ ਕਪਾਹ ਚੁਗਣ ਲੱਗਾਂਗੇ, ਤਾਂ ਫਿਰ ਮਿੱਟੀ ਦਾ ਚੁੱਲ੍ਹਾ ਬਣਾਉਣਾ ਜਾਂ ਇੱਟਾਂ ਦਾ ਚੁੱਲ੍ਹਾ ਬਣਾਉਣਾ, ਉਸ 'ਤੇ ਗੁਲਗਲੇ ਪਕਾਉਣੇ, ਅਤੇ ਉਦੋਂ ਬਾਅਦ ਫਿਰ ਉਹਨਾਂ ਨੂੰ ਜ਼ਮੀਨ ਦੇ ਵਿੱਚ ਦੱਬ ਦੇਣਾ ਗੁਲਗਲਿਆਂ ਨੂੰ, ਅਤੇ ਫਿਰ ਨਰਮਾ ਜਾਂ ਕਪਾਹ ਚੁਗਣ ਦੀ ਸ਼ੁਰੂਆਤ ਕਰਨਾ। ਮੈਨੂੰ ਅੱਜ ਵੀ ਉਹ ਗੱਲਾਂ ਯਾਦ ਨੇ ਮੇਰੇ ਬਚਪਨ ਦੀਆਂ, ਅਤੇ ਮੈਨੂੰ ਉਹਨਾਂ ਨੂੰ ਕਰਨਾ ਚੰਗਾ ਲੱਗਦਾ, ਅਤੇ ਅੱਗੇ ਮੈਨੂੰ ਸ਼ੇਅਰ ਕਰਨਾ ਵੀ ਚੰਗਾ ਲੱਗਿਆ। ਤੁਸੀਂ ਵੀ ਦੱਸਿਓ, ਤੁਹਾਡੇ ਇੱਦਾਂ ਦੀ ਕੋਈ ਰਸਮ ਕੀਤੀ ਜਾਂਦੀ ਸੀ ਕਿ ਨਹੀਂ, ਤੁਹਾਨੂੰ ਛੋਟੇ ਹੁੰਦਿਆਂ ਦੀ ਕੋਈ ਇੱਦਾਂ ਦੀ ਯਾਦ ਹੈਗੀ ਹੈ ਕਿ ਨਹੀਂ, ਕਿਹੜੇ ਕਿਹੜੇ ਪਿੰਡਾਂ ਵਿੱਚ ਅੱਜ ਵੀ ਐਵੇਂ ਕੀਤਾ ਜਾਂਦਾ, ਨਰਮਾ ਜਾਂ ਕਪਾਹ ਚੁਗਣ ਤੋਂ ਪਹਿਲਾਂ ਗੁਲਗਲੇ ਪਕਾਏ ਜਾਂਦੇ ਆ ਖੇਤਾਂ ਵਿੱਚ ਜਾ ਕੇ। ਆਪਾਂ ਸਭ ਨੂੰ ਇੱਕ ਇੱਕ ਬੂਟਾ ਜ਼ਰੂਰ ਲਾਉਣਾ ਚਾਹੀਦਾ, ਇੰਨਾ ਕੁ ਤਾਪਮਾਨ ਵੱਧਦਾ ਇਸ ਧਰਤੀ 'ਤੇ, ਪੰਜਾਬ ਵਿੱਚ ਇੰਨੀ ਗਰਮੀ ਹੈ, ਤਾਂ ਕਿ ਆਪਾਂ ਸਾਰੇ ਘੁੰਮਣ ਜਾਂਦੇ ਹਾਂ ਪਹਾੜਾਂ ਵੱਲ, ਫਿਰ ਆਪਾਂ ਹਰਿਆਲੀ ਲੱਭਦੇ ਹਾਂ। ਇਸ ਨਾਲੋਂ ਚੰਗਾ ਕਿ ਆਪਾਂ ਵੀ ਇੱਕ ਇੱਕ ਬੂਟਾ ਜ਼ਰੂਰ ਲਾਈਏ, ਤਾਂ ਜੋ ਕਿ ਆਪਣੇ ਵੈਦਰ ਨੂੰ ਥੋੜ੍ਹਾ ਬਹੁਤ ਠੀਕ ਕਰਨ ਵਿੱਚ ਆਪਾਂ ਵੀ ਆਪਦਾ ਯੋਗਦਾਨ ਪਾ ਸਕੀਏ। ਮੈਂ ਅਨੁਪਿੰਦਰ ਕੌਰ ਹੁਣ ਤੁਹਾਡੇ ਤੋਂ ਲੈਂਦੀ ਹਾਂ ਆਗਿਆ, ਅਤੇ ਮਿਲਦੇ ਹਾਂ ਅਗਲੇ ਵਲੌਗ ਵਿੱਚ। ਸਤਿ ਸ਼੍ਰੀ ਅਕਾਲ ਜੀ।